هاي غالب وطاعتي كريم وباسيتي كبيرة لساني مكرم لزمان فكيف حيلتي يا ستار الغيوب يا علام الغيوب يا كاشف القروب اغفر ذنبي كلها بحرمة محمد وآل محمد يا غفار يا غفار يا غفار اللهم ارزقنا زيارة الحسين عليه السلام وحج بيتك الحرام وشفاعته يوم القيامة اللهم عجل لوليك الفرج اللهم عجل لوليك الفرج عبد الله امام زمان علیہ السلام دے زور دی تعظیم فرما اللہ جمیع آزاداراں امام زمان علیہ السلام دے آوان و انصار شامل فرما سارے گھروں تے جتنے مریض بیمار صحت عطا فرما سید مسلم رضا نقوی دیوان دا مریض دے صحت و سلامتی عطا فرما جتنے مومنین دے بچے بے روزگار ہیں اچھا روزگار عطا فرما جڑے تعلیم حاصل کر رہے ہیں کامیابیاں عطا فرما دنیا دے جس کونے تے آزاداری سید شہدا برپا ہے جمیع آزاداراں دی حفاظت فرما میرا اللہ ای منبر دے حقیقی وارث امام زمانہ علیہ السلام دے ضرور تاجیل فرما جنہ مومنین نے دعا دی اپیل کیتی ہے انہوں نے حال دے رحم فرما کریم اللہ رحم اللہ برادر منیر مگسی دی والدہ محترمہ دے درجات بلند فرما بھٹی برادری دے تمام مرحومین دی مغفرت فرما حاجی اشفاق حسین دے خاندان دے تمام مرحومین دے درجات بلند فرما حاضرین مومنین دے تمام مرحومین دے مظلوم دی شفاعت نصیب فرما میرا اللہ تیری ذات غفور الرحیم ہے سنیاں دعاواں کو شرف قبولی عطا فرما انشاءاللہ روز عاشور 10:30 بجے میں تسن مومنین دی خدمت وچ حاضر ہو سا بشرط زندگی اگر زندگی نے ساتھ دیتا انہ دعاواں دی قبولیت واسطے عقیدت نال سلوات پڑھو امام زمانہ علیہ السلام دے ظہور دی تاجیل واسطے سلوات پڑھو اعوذ باللہ من الشیطان الرجیم بسم اللہ الرحمن الرحیم صلاۃ الحمد لله رب العالمين الصلاة والسلام على النبي الأمي قد شيء لابتهي اللامكي اللامدني اللاربي سراج المضیے والکوکب دری صاحب اللہ وکارے وسکینہ المدفون بارض المدینہ رسول المسدد والمصطفى الامجد والمحمود رحمد محبوب الہ العالمین الصلاة
جتنا نبی سر سجدے رکھ کے شکریہ ادا کیتا
ਉਹ ਤਾਂ ਮੰਨਣ ਵਾਲੇ ਦਾ ਹੀ ਹੱਕ ਬਣਦੇ ਨਾ ਉਹੀ ਸਰ ਸਜਦੇ ਚ ਰੱਖ ਕੇ ਉਹ ਕਰੀਮ ਦਾ ਸ਼ੁਕਰੀਆ ਅਦਾ ਕਰੇ ਜੋ ਅੱਲਾ ਨੇ ਬਿਨ ਮੰਗੇ ਐਡੀ ਜਿਹਾ ਇਮਾਮ ਅਤਾ ਫਰਮਾਇਆ ਤੁਸਾਂ ਦਰਖਾਸਤ ਲਿਖੀ ਹੈ ਹੈਦਰਾਬਾਦ ਵਾਲਾ ਮੈਨਾਂ ਅੱਲਾ ਸਕੂਂ ਘਰ ਚ ਭੇਜੇ ਜਿੱਥਾਂ ਨਬੀ ਦੀ ਨਬੂਵਤ ਵੀ ਹੋਵੇ ਅਲੀ ਦੇ ਅਲੀ ਦੇ ਬੱਚਣਾਂ ਦੀ ਇਮਾਮਤੀ ਹੋਵੇ ਹੁਸੈਨ ਦੀ ਅਜ਼ਾਦਾਰੀ ਵੀ ਹੋਵੇ ਇਤਰੀਏ ਨੇਮਤਾਂ ਬਿਨ ਮੰਗੇ ਮਿਲੀਆਂ ਨੀ ਇਹਨਾਂ ਨੇਮਤਾਂ ਦੀ ਕਦਰ ਕੀਤੀ ਕਰ ਜਦੋਂ ਪੁੱਛੋ ਉਹਨਾਂ ਲੋਕਾਂ ਕੋਲੋਂ ਜਿਹਨਾਂ ਕੋਲ ਹੁਸੈਨ ਨਸੀਬ ਨਹੀਂ ਹੋਇਆ ਜੇ ਬਰੋਜ਼ ਮਾਸ਼ਰ ਉਹਨਾਂ ਦੀ ਹਾਲਤ ਦੇਖੇ ਜਿਹਨਾਂ ਕੋਲ ਦਰਵਾਜ਼ਾ ਹੁਸੈਨ ਨਹੀਂ ਮਿਲਦਾ ਨਬੀ ਫਰਮਾਇਦਨ ਫਸਜਦ ਤੋ ਮੈਂ ਸਰ ਸਜਦੇ 'ਚ ਰੱਖਾ ਫਰਫਾ ਤੋ ਰਾਸੀ ਜਿਹਦਾ ਮੈਂ ਸਰ ਚਾਹਤੇ ਮੈਂ ਡਿੱਠੇ ਤਾਂ ਜਿਬਰਾਇਲ ਮੌਜੂਦ ਹਾ ਮੇਰੇ ਪਾਸੇ ਵੇਖਿਆ ਤੇ ਹਬੀਬ ਅੱਲਾ ਕੀ ਆਹਦੇ ਇਨ ਅੱਲਾ ਯੁਹਿੱਬੂ ਫਾਤਿਮਤਾ ਤੇਰੇ ਰੱਬ ਨੇ ਫੈਸਲਾ ਕਰ ਛੋੜੇ ਮੁਸਤਫਾ ਦੇ ਬਾਅਦ ਮੁਰਤਜ਼ਾ ਦੇ ਬਾਅਦ ਤੇਰਾ ਰੱਬ ਕੀ ਪੂਰੀ ਕਾਇਨਾਤ ਵਿੱਚ ਅਗਰ ਕਹੇ ਹਸਤੀ ਕੋ ਇੱਜ਼ਤ ਦੀ ਨਿਗਾਹ ਨਾਲ ਦੇ ਦੇ ਤਾਂ ਤੇਰੀ ਬੇਟੀ ਬਤੂਲ ਹੈ ਅਭੀ ਤਾਂ ਘਬਰਾਉਂਦੇ ਤਾਂ ਨਹੀਂ ਪਏ ਨਾ ਨਬੀ ਫਰਮਾਨ ਫਸਜਦ ਤੋ ਜਦੋਂ ਮੈਂ ਅੱਲਾਹ ਦਾ ਇਹ ਨਜ਼ਰੀਆ ਆਪਣੀ ਬੇਟੀ ਬਤੂਲ ਦੇ ਬਾਰੇ ਸੁਣੇ ਮੈਂ ਸਰ ਸਜਦੇ 'ਚ ਰੱਖ ਕੇ ਅੱਲਾਹ ਦਾ ਸ਼ੁਕਰੀਆ ਅਦਾ ਕੀਤਾ ਫਰਫਾ ਤੋ ਰਾਸੀ ਜਦੋਂ ਮੈਂ ਤੀਸਰੀ ਦਫ਼ਾ ਸਰ ਸਜਦੇ ਤੋਂ ਚਾਹਤੇ ਮੈਂ ਡਿੱਠੇ ਤਾਂ ਜਿਬਰਾਇਲ ਮੌਜੂਦ ਹਾਂ ਮੇਰੇ ਪਾਸੇ ਵੇਖਿਆ ਤੇ ਹਬੀਬ ਅੱਲਾ ਕੀ ਆਹਦੇ ਇਨ ਅੱਲਾ ਯੁਹਿੱਬੁਲ ਹਸਨ ਵਲ ਹੁਸੈਨ ਮੁਸਤਫਾ ਮੁਰਤਜ਼ਾ ਸੈਯਦਾ ਤੋਂ ਬਾਅਦ ਅਗਰ ਕੋਈ ਹਸਤੀਆਂ ਇੱਜ਼ਤ 'ਚ ਬੁਲੰਦ ਹਨ ਜਾਂ ਤੇਰਾ ਬੇਟਾ ਹਸਨ ਏ ਅਤੇ ਜਾਂ ਹੁਸੈਨ ਏ ਨਬੀ ਫਰਮਾਨ ਫਸਜਦ ਤੋ ਮੈਂ ਸਰ ਸਜਦੇ 'ਚ ਰੱਖਾ ਉਹ ਕਰੀਮ ਦਾ ਸ਼ੁਕਰੀਆ ਅਦਾ ਕੀਤਾ ਜੋ ਮੇਰੀ ਜ਼ੁਰੀਅਤ ਨਾਲ ਅੱਲਾਹ ਮੁਹੱਬਤ ਕਰੇ ਦੇ ਮੋਮਿਨੀਨ ਇਹ ਪੰਜ ਹਸਤੀਆਂ ਮੁਸਤਫਾ ਮੁਰਤਜ਼ਾ ਜਨਾਬ ਸੈਯਦਾ ਔਰ ਹਸਨ ਹੁਸੈਨ ਇਹ ਤਰੇ ਸਜਦਾਂ ਦੇ ਪੰਜ ਹਸਤੀਆਂ ਮੁਕੰਮਲ ਹੋ ਗਈਆਂ ਨਾ ਸੁਣਦੇ ਬੈਠੇ ਆਵੇ ਨਾ ਇਹ ਤਰੇ ਸਜਦਾਂ ਦੇ ਪੰਜ ਹਸਤੀਆਂ ਮੁਕੰਮਲ ਹੋ ਗਈਆਂ ਅਗਲੇ ਦੋ ਸਜਦੇ ਜਿਹੜੇ ਨਬੀ ਕੀਤੇ ਉਹ ਕਿਹੜੀ ਨੇਮਤ ਹੈ ਜਿਹਦਾ ਨਬੀ ਨੇ ਸਰ ਸਜਦੇ 'ਚ ਰੱਖਾ ਹਾਂ ਫਰਮਾਨ ਫਰਫਾ ਤੋ ਰਾਸੀ ਜਿਹੜਾ ਚੌਥੀ ਦਫ਼ਾ ਸਰ ਸਜਦੇ ਤੋਂ ਚਾਹਤਾ ਤਾਂ ਜਿਬਰੀਲ ਮੌਜੂਦ ਹਾਂ ਮੇਰੇ ਪਾਸੇ ਵੇਖਿਆ ਤੇ ਹਬੀਬ ਅੱਲਾ ਕੀ ਆਹਦੇ ਇਨ ਅੱਲਾ ਯੁਹਿੱਬੂ ਮਨ ਅਹੱਬਹੁਮ ਇਨ੍ਹਾਂ ਪੰਜਾਂ ਤੋਂ ਬਾਅਦ ਇਹ ਪੂਰੀ ਕਾਇਨਾਤ ਵਿੱਚ ਤੇਰਾ ਰੱਬ ਉਹਨਾਂ ਲੋਕਾਂ ਨਾਲ ਮੁਹੱਬਤ ਕਰੇਂਦੇ ਜਿਹੜੇ ਇਨ੍ਹਾਂ ਪੰਜਾਂ ਦੇ ਨਾਲ ਮੁਹੱਬਤ ਕਰੇਂਦੇ ਨਾ ਮੁਹੱਬਤ ਮੌਜੂਦ ਹੈ ਅੱਲਾਹ ਦੀ ਜ਼ਾਤ ਉਹ ਬੰਦੇ ਦਾ ਇਹ ਤਰ੍ਹਾਂ ਇੱਜ਼ਤ ਦੀ ਨਿਗਾਹ ਨਾਲ ਦੇਖਦੀ ਹੈ ਉਹ ਬੰਦੇ ਕੋ ਪਰ ਮੈਂ ਜਿਹੜਾ ਮੈਂ ਰੱਬ ਦਾ ਇਹ ਫੈਸਲਾ ਸੁਣੇ ਫਸਜਦ ਤੋ ਮੈਂ ਨਬੀ ਨੇ ਸਰ ਸਜਦੇ 'ਚ ਰੱਖਾ ਫਰਫਾ ਤੋ ਰਾਸੀ ਜਿਹੜਾ ਪੰਜਵੇਂ ਦਫ਼ਾ ਸਰ ਚਾਹਤਾ ਤਾਂ ਜਿਬਰੀਲ ਮੌਜੂਦ ਹਾ ਮੇਰੇ ਪਾਸੇ ਦੇਖਿਆ ਤੇ ਹਬੀਬ ਅੱਲਾ ਕੀ ਆਹਦੇ ਇਨ ਅੱਲਾਹ ਯੁਹਿੱਬੂ ਮਨ ਅਹੱਬਾ ਮੁਹਿੱਬੀਹਿਮ ਇਹਨਾਂ ਪੰਜਾਂ ਤੋਂ ਬਾਅਦ ਇਹਨਾਂ ਪੰਜਾਂ ਦੇ ਮੁਹਿੱਬਾਂ ਤੋਂ ਬਾਅਦ ਤੇਰਾ ਰੱਬ ਉਹਨਾਂ ਲੋਕਾਂ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਜਿਹੜਾ ਬੰਦਾ ਇਹਨਾਂ ਪੰਜਾਂ ਦੇ ਮੁਹਿੱਬ ਦਾ ਇਹਤਰਾਮ ਕਰਦਾ ਰਹਾ ਹੈ ਕਿਉਂ ਹੀ ਮਕਾਮ ਹੈ ਜਿਹੜਾ ਪੰਜਾਂ ਦੇ ਮੁਹਿੱਬ ਦਾ ਇਹਤਰਾਮ ਕਰੇ ਮੇਰਾ ਮੋਹਤਰਮ ਮੋਮਿਨ ਹੈ ਤਾਂ ਇੱਕ ਬੈ ਦਾ ਇਹਤਰਾਮ ਕਰ ਇੱਕ ਬੈ ਦੀ ਇੱਜ਼ਤ ਨਫਸ ਦਾ ਖਿਆਲ ਕਰ ਕਹੇ ਦੇ ਕਿਰਦਾਰ ਤੇ ਕੀਚੜ ਨਾ ਉਛਾਲ ਇੱਕ ਆਉਂਦਾ ਮੁਹਿੱਬੇ ਅਹਿਲੇ ਬੈ ਇੱਕ ਆਉਂਦਾ ਸ਼ੀਆ ਅਹਿਲੇ ਬੈ ਇੱਕ ਮੁਹਿੱਬੇ ਅਲੀ ਇੱਕ ਹੈ ਸ਼ੀਆ ਅਲੀ ਮੁਹਿੱਬ ਕਹਿ ਕੋ ਆਦਨ ਤੇ ਸ਼ੀਆ ਕਹਿ ਕੋ ਆਦਨ ਦਸਾਵਾਂ
ਮੁਮਿਨੀਨ ਮੁਹਰਮ ਹੈ, ਪੁੱਛਣ ਦੀ ਜ਼ਰੂਰਤ ਵੀ ਨਹੀਂ। ਜਿਹੜਾ ਬੰਦਾ ਮਜਲਿਸ ਤੋਂ ਪੁੱਛਾਂ ਵਹਿੰਦਾ ਪਏ, ਅਗਰ ਕੋਈ ਕਲਾਸ ਫੈਲੋ ਮਿਲ ਗਏ ਬਿਰਾਦਰ ਅਹਿਲ ਸੁਨਤ, ਉਹ ਪੁੱਛੇ ਮਜਲਿਸ ਨੂੰ ਆਉਂਦਾ ਪਏ, ਜੀ ਤੂੰ ਸ਼ੀ ਹੈ? ਜੀ ਹਾਂ ਮੈਂ ਸ਼ੀ ਹਾਂ। ਅਗਰ ਉਹ ਦੂਜੇ ਸਵਾਲ ਚ ਕਰੇ, ਤੂੰ ਦੱਸ ਇਹ ਸ਼ੀਆ ਕਿਹਨੂੰ ਆਖਦੇ ਨੇ? ਅਗਰ ਉਹ ਤੁਹਾਡੇ ਕੋਲ ਚ ਪੁੱਛੇ ਵੀ ਸ਼ੀਆ ਕਿਹਨੂੰ ਆਖਦੇ ਨੇ? ਪਹਿਲੀ ਗੱਲ ਮੈਂ ਆਖਦਾ ਰਹਿੰਦਾ, ਇੰਝ ਨਾ ਕਰ ਮੈਂ ਸ਼ੀ ਹਾਂ, ਆਖਾ ਕਰ ਅਲਹਮਦੁਲਿਲਾ ਮੈਂ ਸ਼ੀ ਹਾਂ। ਉਸ ਤੋਂ ਬਾਅਦ ਮਜਾਲਿਸ ਵਿੱਚ ਸਾਰੀ ਜ਼ਿੰਦਗੀ ਦੱਸਦੇ ਰਹਿਣ ਖੁਤਬਾ, ਸ਼ੀਆ ਦੀ ਇਹ ਅਲਾਮਤ, ਸ਼ੀਆ ਦੀ ਇਹ ਅਲਾਮਤ, ਸ਼ੀਆ ਦੀ ਇਹ ਅਲਾਮਤ। ਮੈਂ ਮੁਹਿਬ ਅਤੇ ਸ਼ੀਆ ਦੇ ਦਰਮਿਆਨ ਫਰਕ ਦੱਸਦਾ। ਅਲੀ ਨਾਲ ਮੁਹੱਬਤ ਕਰਨ ਵਾਸਤੇ ਇਸਲਾਮ ਦੀ ਕੈਦ ਨਹੀਂ। ਅਲੀ ਐਸੀ ਸ਼ਖਸੀਅਤ ਹੈ, ਹਿੰਦੂ ਵੀ ਚਾਹੁੰਦੇ ਨੇ, ਈਸਾਈ ਵੀ ਚਾਹੁੰਦੇ ਨੇ, ਕਮਿਊਨਿਸਟ ਵੀ ਚਾਹੁੰਦੇ ਨੇ। ਅਮੀਰ ਮੁਮਿਨੀਨ ਅਲੀ ਦੀ ਜ਼ਿੰਦਗੀ ਦੀ ਕਿਤਾਬ ਜਾਨ ਜੁਰਦਾ ਮਸੀਹ ਲੁਬਨਾਨ ਦਾ ਸੌਤੁਲ ਅਦਾਲਤ ਇਨਸਾਨੀਆ ਪੰਜ ਜਿਲਦਾਂ ਦੇ ਵਿੱਚ ਅਮੀਰ ਮੁਮਿਨੀਨ ਅਲੀ ਦੀ ਅਦਾਲਤ ਦੀ ਕਿਤਾਬ ਲਿਖੀ ਇਸ, ਸ਼ੁਜਾਤ ਦੀ ਕਿਤਾਬ ਲਿਖੀ ਇਸ, ਉਹ ਫਜ਼ਾਇਲ ਲਿਖੇ ਨੇ ਜਿਹੜੇ ਸ਼ੀਆ ਸੁਨੀ ਕੁਤਬ ਵਿੱਚ ਘੱਟ ਮਿਲਦੇ ਨੇ। ਇਤਨੀ ਤਹਕੀਕ ਕਰਨ ਤੋਂ ਬਾਅਦ ਪੰਜ ਜਿਲਦਾਂ ਪੰਜ ਕਿਤਾਬਾਂ ਅਮੀਰ ਮੁਮਿਨੀਨ ਅਲੀ ਦੀ ਸ਼ਾਨ ਵਿੱਚ ਲਿਖੀਆਂ ਨੇ। ਵੱਧ ਵੀ ਹਰ ਬੰਦਾ ਜਿਹੜਾ ਉਹਦਾ ਨਾਂ ਚਾਹੁੰਦਾ ਹੈ, ਉਹ ਕਹਿੰਦੇ ਇਹ ਮਸੀਹ ਨੇ ਲਿਖੀਆਂ। ਇਤਨੇ ਫਜ਼ਾਇਲ ਲਿਖਣ ਤੋਂ ਬਾਅਦ ਮਸੀਹ ਰੀਏ ਸ਼ੀਆ ਕਿਉਂ ਨਹੀਂ ਬਣਾ? ਖਾਮੋਸ਼ ਦੀ ਗਏ। ਅੱਛਾ ਇਹਦੀ ਆਪਣੇ ਮੈਂਬਰ ਦੀ ਮਿਸਾਲ ਲੈਣੀ ਹੈ। ਇੱਕ ਬੰਦਾ ਆਉਂਦਾ ਹਿੰਦੂ ਦਾ ਸ਼ੇਰ ਪੜ੍ਹਦੇ, ਏਡਾ ਸੋਹਣਾ ਸ਼ੇਰ ਆਉਂਦਾ ਅਮੀਰ ਮੁਮਿਨੀਨ ਅਲੀ ਦੀ ਸ਼ਾਨ ਦਾ, ਇਮਾਨ ਤਾਜ਼ਾ ਹੋਵੇ ਮਜ਼ਲੂਮ ਕਰਬਲਾ ਦੀ ਸ਼ਾਨ ਦਾ, ਐਸਾ ਸੋਹਣਾ ਕਸੀਦਾ ਜਾਂ ਸ਼ੇਰ, ਇਮਾਨ ਤਾਜ਼ਾ ਹੋਵੇ। ਲੇਕਿਨ ਪੜ੍ਹਨ ਵਾਲਾ ਪਹਿਲੇ ਅਧੇ ਲਿਖਾ ਹਿੰਦੂ ਹੈ, ਏਡਾ ਸੋਹਣਾ ਜੋ ਸ਼ੇਰ ਲਿਖੇ ਸੀ ਹਿੰਦੂ ਕਿਉਂ ਨਹੀਂ ਹੈ? ਅੱਛਾ ਕਿਸਮਤ ਗਿਣ ਵਜਨੇ ਨਜਫ ਅਮੀਰ ਮੁਮਿਨੀਨ ਅਲੀ ਦਾ ਗੁੰਬਦ ਅਤਹਰ ਹਜ਼ਾਰ ਸ਼ੇਰ ਅਰਬੀ ਦਾ ਲਿਖਣ ਵਾਲੇ ਹਜ਼ਰਤ ਇਮਾਮ ਸ਼ਾਫੀ ਇਮਾਮ ਅਹਿਲੇ ਸੁਨਤ, ਜਿਹੜੇ ਬੰਦਾ ਉਹਦਾ ਸ਼ੇਰ ਪੜ੍ਹੇ, ਇਹ ਕੱਲ ਮੈਂ ਉਹਦੇ ਸ਼ੇਰ ਪੜ੍ਹਿਆ, ਯਾ ਰੱਬ ਹਾਜ਼ਲ ਵਸਕੀ ਦਜੀ ਵਲਕਮ ਅਲ ਮੁਖਤਲ ਜਿਲ ਮੋਜ਼ੀ, ਯਾਨੀ ਅਬੂ ਤਾਲਿਬ ਦੇ ਜੁਮਲਾ ਨੂੰ ਉਹ ਸ਼ੇਰੀ ਰੰਗ ਵਿੱਚ ਤਬਦੀਲ ਕੀਤੇ। ਅਮੀਰ ਮੁਮਿਨੀਨ ਅਲੀ ਕੋ ਆਖਾ ਯਾ ਸਲਾਮ ਅਲੈਕਾ ਯਾ ਆਇਨ ਅੱਲਾਹ ਅਲ ਬਾਸਿਰਾ, ਉਹ ਅੱਲਾਹ ਦੀ ਦੇਤੀ ਹੋਈ ਅੱਖ ਮੈਂ ਸਲਾਮ ਹੋਈ। ਲਿਖੇ ਕਰਨ ਹਜ਼ਾਰਾਂ ਸ਼ੇਰ, ਕੋਈ ਮਿੰਬਰ ਤੇ ਆ ਕੇ ਪੜ੍ਹੇ ਹਜ਼ਾਰ ਸ਼ੇਰ ਲਿਖਣ ਤੋਂ ਬਾਅਦ ਵੱਧ ਵੀ ਹਰ ਕੋਈ ਯਾਦ ਹੈ ਇਹ ਇਮਾਮ ਅਹਿਲੇ ਸੁਨਤ ਨੇ ਲਿਖੇ। ਇਹਦਾ ਮਤਲਬ ਹੈ ਹਜ਼ਾਰ ਸ਼ੇਰ ਵੀ ਮੌਲਾ ਦੀ ਸ਼ਾਨ ਵਿੱਚ ਲਿਖਣ ਤੋਂ ਬਾਅਦ ਰਿਆ ਵੱਧ ਵੀ ਅਹਿਲੇ ਸੁਨਤ ਦਾ ਇਮਾਮ ਬੇਸ਼ੀਆ ਮੇ ਬੁਹਰ। ਅੱਜ ਮੈਂ ਪੁੱਛਣਾ ਤੁਹਾਡੇ ਕੋਲੋਂ ਜੀ, ਸ਼ੀਆ ਸਾਡੇ ਕਹਿ ਕੋਈ ਹਿੰਦੂ ਨੇ ਇਤਨੇ ਅਸ਼ਆਰ ਲਿਖੇ ਇਤਨੇ? ਅੱਛਾ ਢੇਰ ਸਾਰੇ ਬੰਦੇ ਨਾ ਉਹ ਮੌਲਾ ਹੁਸੈਨ ਅਲੈਹਿਸ ਸਲਾਮ ਦੀ ਸ਼ਾਨ ਬਿਆਨ ਕਰਨ ਵਾਸਤੇ ਕਹਿੰਦੇ ਜੀ ਹਿੰਦੂਆਂ ਨੇ ਮੌਲਾ ਦੇ ਬਾਰੇ ਇਤਨਾ ਲਿਖਿਆ, ਇਹ ਹਿੰਦੂਆਂ ਦਾ ਕਮਾਲ ਨਹੀਂ, ਹਿੰਦੂ ਮਜਬੂਰ ਹਨ। ਹੁਸੈਨ ਉਹ ਅਜ਼ੀਮ ਸ਼ਖਸੀਅਤ ਹੈ ਜੋ ਹਿੰਦੂ ਵੀ ਲਿਖਣ ਤੇ ਮਜਬੂਰ ਹੈ। ਹੁਸੈਨ ਹਿੰਦੂ ਦਾ ਕਮਾਲ ਨਹੀਂ, ਹਰ ਇਨਸਾਨ ਲਿਖਣ ਵਾਸਤੇ ਮਜਬੂਰ ਹੈ ਜੋ ਅੱਲਾਹ ਨੇ ਹੁਸੈਨ ਨੂੰ ਵੀ ਇਤਨੀ ਅਜ਼ੀਮ ਸ਼ਖਸੀਅਤ ਅਤਾ ਫਰਮਾਈ ਹੈ। ਹਜ਼ਾਰਾਂ ਸ਼ੇਰ ਲਿਖਣ ਤੋਂ ਬਾਅਦ ਹਿੰਦੂ ਹਿੰਦੂ ਰਹੇ, ਜਾ ਜੁਰਦਾ ਕਿ ਸਹੀਰੀ ਹੈ ਇਮਾਮ ਸ਼ਾਫੀ ਅਲੈ ਸੁਨਤ ਦਾ ਇਮਾਮ ਰਹੀ ਹੈ, ਇਤਨੇ ਫਜ਼ਾਇਲ ਲਿਖਣ ਤੋਂ ਬਾਅਦ ਰਹੇ ਆਪਣੇ ਆਪਣੇ ਮਜ਼ਹਬ ਤੇ ਹਿੰਦ, ਇਹਨਾਂ ਕੋ ਮੁਹਿਬ ਆਖ ਸਕਦੇ ਹੈ ਸ਼ੀਆ ਤੇ ਸ਼ੀਆ ਕਹਿ ਕੋ ਆਖਦੇ? ਮੇਰਾ ਮੋਹਤਰਮ ਇਹ ਸਾਰੇ ਮੁਹਿਬ ਕਸ਼ਿਸ਼ ਸਕਲਾਂ ਕੋ ਛਕੀਜ ਕੇ ਅਲੀ ਦੇ ਦਰਵਾਜ਼ੇ ਤੇ ਆਏ, ਹੁਸੈਨ ਦੇ ਦਰਵਾਜ਼ੇ ਤੇ ਆਏ, ਮਗਰ ਉਹ ਫਲਸਫਾ ਨਹੀਂ ਸਮਝ ਸੰਗੇ ਹੀ ਕੇ ਜ਼ਾਤ ਅਲੀ
ਹਿਕ ਹਿਕ ਬਾਤੇ ਅਲੀ ਇਹ ਸਾਰੇ ਜ਼ਾਤੇ ਅਲੀ ਦੇ ਕਹੇ ਨੇ ਕੋਈ ਕੋ ਅਲੀ ਦੀ ਸ਼ੁਜਾਤ ਪਸੰਦ ਕਹੇ ਕੋ ਅਲੀ ਦੀ ਬਹਾਦਰੀ ਪਸੰਦ ਕਹੇ ਕੋ ਅਲੀ ਦੀ ਸਹਾਬਤ ਪਸੰਦ ਕਹੇ ਕੋ ਅਲੀ ਦੀ ਜੁਰਅਤ ਪਸੰਦ ਕਹੇ ਕੋ ਅਲੀ ਦੀ ਦਲੇਰੀ ਪਸੰਦ ਕਹੇ ਕੋ ਅਲੀ ਦੀ ਯਤੀਮ ਪਰਵਰੀ ਪਸੰਦ ਇਹ ਸਾਰੇ ਜ਼ਾਤੇ ਅਲੀ ਦੇ ਕਹੇ ਨੇ ਹਿੰਦ ਬਾਤੇ ਅਲੀ ਦੇ ਕਹੇਲ ਨਹੀਂ ਆ ਸ਼ੀਆ ਉਹ ਆਦੇ ਨੇ ਪਹਿਲੇ ਜ਼ਾਤੇ ਅਲੀ ਦਾ ਕਹੇਲ ਹੋਏ ਪਿੱਛੇ ਬਾਤੇ ਅਲੀ ਦਾ ਇਹਨਾਂ ਵਾਸਤੇ ਵਾਜਿਬ ਨਹੀਂ ਹੁਕਮ ਅਲੀ ਨੂੰ ਮੰਨਣਾ ਹਿੰਦੂ ਵਾਸਤੇ ਵਾਜਿਬ ਨਹੀਂ ਹੁਕਮ ਅਲੀ ਨੂੰ ਮੰਨਣਾ ਉਹਦੇ ਤੇ ਵਾਜਿਬ ਤਾਂ ਤੇ ਸੀ ਪਹਿਲੇ ਨਬੀ ਦੀ ਨਬੂਵਤ ਦਾ ਕਲਮਾ ਪੜ ਸੀ ਪਿੱਛੇ ਅਲੀਫ ਬਿਲਾ ਫਸਲ ਇਮਾਮ ਮਨੇ ਸੀ ਤਾਂ ਵਾਜਿਬ ਸੀ ਇਹਨਾਂ ਬਾਕੀ ਨੇ ਤੌਹੀਦ ਹੀ ਦਰਸਤ ਕੋਈ ਨਹੀਂ ਰਿਸਾਲਤ ਹੀ ਦਰਸਤ ਕੋਈ ਨਹੀਂ ਤਬੀ ਤਾਂ ਘਬਰਾਤਾ ਨਹੀਂ ਗਈ ਮੇਰੇ ਮੋਹਤਰਮ ਦੂਸਰੀ ਮਿਸਾਲ ਆਜ਼ਾਦਾਰੀ ਦੇ ਜਲੂਸ ਇਹ ਵੀ ਮੈਂ ਉਹ ਜੁਮਲਾ ਬਲਾ ਆਪ ਸੀ ਅਗਰ ਹਿੰਦੂ ਜਲੂਸ ਕੱਢਦਨ ਮਜ਼ਲੂਮੇ ਕਰਬਲਾ ਦਾ ਉਹ ਜਿਵੇਂ ਪੁਰਾਣੇ ਦੌਰ ਵਿੱਚ ਪੜ੍ਹਦੇ ਹਨ ਹਿੰਦੂ ਵੀ ਮੰਨ ਗਏ ਉਹ ਮਨ ਕਬਰ ਅਗਰ ਹਿੰਦੂ ਮੰਨ ਗਏ ਜਲੂਸ ਕੱਢਦੇ ਇਹਨਾਂ ਦੀ ਆਪਣੀ ਅਕੀਦਤ ਹੈ ਲੇਕਿਨ ਸਾਰੇ ਚ ਫਰਕ ਹੈ ਹਿੰਦੂ ਫਕਤ ਅਕੀਦਤ ਮੰਨਦੇ ਆਜ਼ਾਦਾਰੀ ਦੇ ਵਾਰਿਸ ਨਹੀਂ ਜਿਹੜਾ ਹਿੰਦੂਆਂ ਨੂੰ ਖਤਰਾ ਹੋਵੇ ਜੋ ਵੀ ਹੁਣ ਫਾਇਰਿੰਗ ਥੀ ਸੀ ਹਿੰਦੂਆਂ ਦਾ ਜਲੂਸ ਰੁਕ ਹੋਏ ਸੀ ਲੇਕਿਨ ਜਿਹੜਾ ਆਜ਼ਾਦਾਰੀ ਦੇ ਵਾਰਸਾਂ ਨੂੰ ਪਤਾ ਹੋਵੇ ਜੋ ਅੱਜ ਫਾਇਰਿੰਗ ਦਾ ਚਿੰਤ ਹੈ ਰਸ਼ ਲੱਗਦਾ ਹੀ ਉਹ ਦੀਵਾਰ ਢੇਰ ਵਜ੍ਹਾ ਕਿਆ ਹੈ ਵਾਰਿਸ ਹੋ ਰਹੀ ਅਕੀਦਤ ਮੰਦ ਹੋ ਰਹੀ ਅਸਾਂ ਸਿਰਫ ਆਜ਼ਾਦਾਰੀ ਕਰਨੀ ਨਹੀਂ ਨਾਲ ਆਜ਼ਾਦਾਰੀ ਬਚਾਵਣੀ ਵੀ ਹੈ ਜਿਤਨਾ ਸਾਡੇ ਤੇ ਰੋਮਣਾ ਜ਼ਰੂਰੀ ਹੈ ਉਤਨਾ ਆਜ਼ਾਦਾਰੀ ਦਾ ਹਿਫਾਜ਼ਤ ਆਜ਼ਾਦਾਰੀ ਦਾ ਤਹੱਫੁਜ਼ ਵੀ ਜ਼ਰੂਰੀ ਹੈ ਕਿਉਂ ਇਹ ਅਮਾਨਤ ਹੈ ਔਰ ਅਮਾਨਤ ਸਾਮਾਨ ਵਾਲੀਆਂ ਨਸਲਾਂ ਤੱਕ ਪਹੁੰਚਾਉਣੀ ਹੈ ਜਿਵੇਂ ਬਜ਼ੁਰਗਾਂ ਨੇ ਸਾਡੇ ਤੱਕ ਪਹੁੰਚਾਈ ਹੈ ਇਹਦੇ 'ਚ ਸਭ ਖਿਆਨਤ ਨਹੀਂ ਥੀ ਵੰਡੇ ਹੋਣੀ ਕੁਝ ਲੋਕ ਆਉਂਦੇ ਨੇ ਆਜ਼ਾਦਾਰੀ 'ਚ ਖਿਆਨਤ ਕਰਨ ਇਹਨਾਂ ਦੇ ਗਿਰਬਾਨ 'ਚ ਪੱਕੇ ਕਈਵੇਂ ਪਹਿਰ ਸਕ ਜਿਵੇਂ ਤਹਾਰਤ ਚ ਨਜਾਸਤ ਨੂੰ ਬਹਿਰ ਸਟੀਂਦੇ ਮੋਮਿਨੀ ਤੁਸਾਂ ਜੋ ਇਤਨੇ ਰੋਂਦੇ ਰਹੇ ਚੋਖਾ ਮੇਰੇ ਨਾਲ ਪੈਸੇ ਮੁਕਾ ਕੇ ਰੋਂਦੇ ਨੇ ਇਹ ਜਿਹੜਾ ਪੈਸੇ ਮੁਕਾ ਕੇ ਰੋਣ ਆਉਂਦਾ ਇਹ ਖਤਾਰ ਹੈ ਆਜ਼ਾਦਾਰ ਨਹੀਂ ਸਾਡੀ ਇਹ ਨਹੀਂ ਹੋਈ ਖਾਲਿਸ ਇਬਾਦਤ ਦੇ ਮਜ਼ਲੂਮ ਦੀ ਆਜ਼ਾਦਾਰੀ ਅਸਾਂ ਦੁੱਧ ਚ ਮਿਲਾਵਟ ਬਰਦਾਸ਼ਤ ਨਹੀਂ ਕਰਦੇ ਤੇ ਰੋਮਾਂ ਚ ਕਿਵੇਂ ਕਰ ਸਕਦੇ ਹੈ ਨੌਜਵਾਨੋ ਮੇਰੀ ਗੱਲ ਸੁਣੋ ਸਾਡੇ ਅਬਾਓ ਅਜਦਾਦ ਅਮੀਨ ਹਨ ਉਹਨਾਂ ਅਮਾਨਤ ਇਹ ਅਮਾਨਤ ਹੈ ਨਾ ਸੈਯਦ ਸਜਾਦ ਦੀ ਆਜ਼ਾਦਾਰੀ ਉਹਨਾਂ ਅਮਾਨਤ ਸਾਡੇ ਤੱਕ ਪਹੁੰਚਾਈਏ ਤੇ ਇਵੇਂ ਖਾਲਿਸ ਪਹੁੰਚਾਈਏ ਜਿਵੇਂ ਪਹੁੰਚਾਵਣ ਦਾ ਹੱਕ ਹਾ ਇਹਦਾ 12-15 ਸਾਲਾਂ ਤੋਂ ਮਿਲਾਵਟ ਪਈ ਥੀਂਦੀ ਇਹ ਹੁਣ ਤੁਹਾਡੇ ਸਾਡੇ ਤੇ ਵਾਜੇ ਪਏ ਜਿਵੇਂ ਬਜ਼ੁਰਗਾਂ ਸਾਡੇ ਤੱਕ ਖਾਲਿਸ ਪਹੁੰਚਾਈਏ ਆਉਣ ਵਾਲੀ 500 ਸਾਲ ਬਾਅਦ ਨਸਲ ਤੱਕ ਅਸਾਂ ਖਾਲਿਸ ਪਹੁੰਚਾਉਂ ਅਸਾਂ ਫਕਤ ਆਜ਼ਾਦਾਰ ਨਹੀਂ ਅਸਾਂ ਆਜ਼ਾਦਾਰੀ ਦੇ ਮੁਹਾਫਿਜ਼ ਵੀ ਹੈ ਜਿਹੜਾ ਮਜ਼ਦੂਰੀ ਗਿਣ ਕੇ ਰੋਂਦਾ ਹੈ ਉਹ ਕੋਈ ਲੱਗਦਾ ਹੀ ਹੁਸੈਨ ਦਾ ਮੈਂ ਇੱਕ ਮਿਸਾਲ ਦਿੰਦਾ ਮਸਲਨ ਇਹ ਜਿਵੇਂ ਸਾਰੇ ਕਿਸਾਨ ਲੋਕ ਬੈਠੇ ਹੈ ਜ਼ਮੀਨ ਦੀ ਬਿਜਾਈ ਹੁੰਦੀ ਹੈ ਬੋਈ ਹੁੰਦੀ ਹੈ ਕਟਾਈ ਹੁੰਦੀ ਹੈ ਮਜ਼ਦੂਰਾਂ ਨੂੰ ਸੱਦੋ ਨਾ ਉਹ ਪਹਿਲੇ ਉਜਰਤ ਨੂੰ ਕਹਿੰਦੇ ਨੇ ਤੇ ਕਹਿ ਆਪਣੇ ਦੋਸਤ ਕੋ ਆਖੋ ਨਾ ਅੱਜ ਮੇਰੇ ਨਾਲ ਮਦਦ ਕਰ ਉਹਦੇ ਮੂੰਹ ਚ ਕਦਾ ਹੀ ਨਹੀਂ ਕਰ ਸੀ ਕਿਤਨੇ ਪੈਸੇ ਦੇ ਸੀ ਕੋਈ ਨਾ ਸੀ ਤੁਮ ਕਿਤਨੀ ਦਿਹਾੜੀ ਦੇ ਸੀ ਫਰਕ ਕਿਆ ਹੈ ਮਜ਼ਦੂਰ ਦਾ ਤਾਲੁਕ ਕੋਈ ਨਹੀਂ ਜੋ ਉਜਰਤ ਮੰਗੀ ਸੱਜਣ ਦਾ ਤਾਲੁਕ ਹਾ ਇਹ ਉਜਰਤ ਮੰਗਣਾ ਸ਼ਰਮਿੰਦਗੀ ਸਮਝੀਏ ਜਿਹੜਾ ਪੈਸੇ ਗਿਣ ਕੇ ਰੋਂਦਾ ਹੈ ਉਹਦਾ ਤਾਲੁਕ ਕੋਈ ਨਹੀਂ ਉਹਦੀ ਉਜਰਤ ਹੈ ਜਿਹਦਾ ਤਾਲੁਕ ਹੈ ਉਹ ਆਪੇ ਰੋਂਦਾ ਹੈ ਜਿਹੜਾ ਆਜ਼ਾਦਾਰ ਹੈ ਉਹਦਾ ਰੋਣਾ ਹੈ ਸਾਰੀ ਜ਼ਿੰਦਗੀ ਰੋਣਾ ਹੈ ਕਬਰ ਦੇ ਕੰਧਾਂ ਤੱਕ ਰੋਣਾ ਹੈ ਕਿਉਂ ਮਾਸੂਮ ਦਾ ਫਰਮਾਨ ਹੈ
لا تبرد ابدا میرے گاڑے مظلوم دا خون مومن دے جگر اتنی گرمی پیدا کرن دے کائنات دی کوئی ٹھنڈی شے کو ٹھنڈا نہیں کر سکتا تو سن خالص رون دے نا تو اپ معصوم دی دعا ہے ہاں اصل عبادت بھی کرنی ہے سارے تے واجب مومنین ہندو کٹھن جلوس اصل ممنون ہے مشکور ہے کیوں جو سارے امام دا او غم بنی دا کیونکہ واجب الاطاعت امام اسلام دے تمام فرقہ جو مولا حسین اسے مذہب اہل بیت دے بنی دا لہذا باقی ناس ہے رسول سمجھ دن عقیدت رکھ دن زوانی دے وین دن اللہ انہاں دا بھلا کرے ہر کہنا اپنا عقیدہ لیکن سادہ واجب الاطاعت امام حسین اگر جلوس کٹ دن اللہ انہاں دا بھلا کرے اسا تنقید نہیں کریں دے ہر کہندی اپنی عقیدت تے خدا انہاں کو گھننا بے حسین دے دروازے تے لیکن فرق یہ ہے اج کل سوشل میڈیا دا دور ہے فیس بک کے انٹرنیٹ تے مومنین نوجوان میں تے کوئی اپیل کرے سا مجلس ہی چاہنے ہیں یا ازاداری دے حلقے چ کھڑے ہیں یا جلوس ہی چاہنے تیری عبادت ہے تیرا موبائل آن نہ ہو تیری فیس بک نہ چل دی پئی ہو تیرا واٹس اپ نہ چلتا پیا ہو تیرا رابطہ دنیا نال نہ ہو بلکہ تو روڈ تے آیا کنے تے دسن آیا کنے جو میں کیوں آیا دنیا دے پاسے توجہ نہ ہو عبادت خالص کہیں گا پاسے خیال نہیں بننا چاہیے گا جیڑا اللہ دا حسین کو لے ونی خالص دی ملاوٹ دی لوڑ نہیں اللہ للہ الدین الخالص اللہ دے میں خالص چاہیے میں خالص بندہ دا رب ہاں میں خالص چاہیے خدا دا اپنے عزاداری دے جلوساں دی حفاظت کر اے نہیں ایک پاس ماتم داری تھی نے پئی ایک گھنٹہ تو کال تے لگا رہا ہے تے دوست نال حال بنڈے رہندا جلے آ کے روڈ دے اوتے تیرا مقصد حسین ہوے یا حسین دی عزت علی بہن تقدس اسا تقدس ہی خیال کرنا ہے میں عرض کیا کرنا میں دوبارہ آتا ہوں سبھی ہندوؤں دے اوتے تنقید نہیں اکٹھے جلوس لیکن سوشل میڈیا تو سب کیا سمجھ دے میں کو نوجوان کہا کہ جی صبح اٹھا مجلس لئیے پڑھتے پائے آوے وہ موضوع ہی تھا میں کہ باقی میں پتہ لگے نہ کہ لئی مجلس جلدی پئی ہے تو سب کیا سمجھ دے ساری مجلس دے تے دشمن دی دید کوئی نہیں سارے جلوس تے لوکاں دی دید کوئی نہیں تیرے جلوس جو وہ مقصد نظر آوے جڑا مقصد کر بلا حسین گھن کے گئی ہے ساری مجلس دا مقصد وہ ہے جڑا مدینے جو حسین مقصد گھن کے کربلا گئے ساری مجلس تا تے حسین دا ہکو مقصد ہے مومنین ہن اگر ہک پاسو جلوس ہے ہندو آزاداری کرے دے ودن تے آزاداری دے وارث بھی آزاداری کرے دے ودن فرق دا پتہ کیویں لگسی جے بندہ نیٹ تے دیدا بیٹھے کہ ہندوؤں دا جلوس ہے یا اے حسین دے آزادار ہے حقیقی دا جلوس ہے فرق دا پتہ ایتھے ہی لگسی آ انہاں کل حسین دے حسینیت کوئی نہیں اجے آزاداری دے بارے سی نہ اگر جلوس ویندا پے آ گئی ہے آزان سپاں جا بچھا تے رکھ سر سجدے تے پتہ لگ ونجے ہندوؤں دا جلوس ہو رے حسینیاں دا جلوس ہو رے پتہ لگ ونجے جو مقصد حسین دے بھی بارے سا اساں ہیں اج نال نال سوشل میڈیا تے مقصد حسین کو بھی اجاگر کر اے تھوڑی ساری ذمہ داری بنتی جیڑا رستہ نسنا کو لے کے ویسے قیامت تک نسنا وہ رستے تے قائم رہ سن وہ دلیل یہ دے سن جو سارے بزرگ جی نے کرے دیا اگر چنگے شہید یہ بنیاد تے رکھ سو ہم قبر دی وچ سمسو نا بد دی مو نیک کے اچھی آزاداری دا ثواب سارے نام دے مال وچ لکھیا جاتا سی چاہیے دین دے تے تھوڑا خرچہ کیتا ہے قبر دے بعد مومنین اگر ایک مومن دا پتر بیمار ہوئے نا ہیں علاج کروانا ہو ویس ایک پاس پیسے دی محبت ہے بھائی پاس پتر دی جوانی دیکھ سی ایک پاس پتر دی جوانی ہے پیسہ قربان پتر بچائے سی ٹھیک نہیں کیا مارکیٹاں بیچیاں نے اس پتر بچائے سی حالی بھی علاج مکمل نہیں ہویا مربے بیچے نے اس پتر بچائے سی جلے آخر تا ڈاکٹر آدھن نا ہن تیرا پتر نہیں بچتا بڈڑے پیو دی ڈھا نکل دیا تے میرا اللہ میری کشی نہ بچے میرا پتر بچ کو ہو یہ تا جملے ہندہ میں دی نمار ایک پاس اکبر دی جوانی
رائے پاس اللہ دا دین سیدا دے مٹی کشے نہ بچے یا نانے دا دین بچ پوے اجر کو مال اللہ بھائی ایڈا سونا پوترا بھی حسین دا جڑے ضعیف پیو بیٹھن نا انہاں کو پتہ ہو سی جوان کو اندازہ نہیں ہونا جوان کو اندازہ نہیں ہونا جو بوٹڑے پیو دے دل وچ جوان پتر دی کتنی محبت ہوندی ہے کیونکہ ہلے تھانی جوان اولاد کوئی نہیں تو صاحب جوان ہی اے پیو کو اندازہ ہو سی جو بوٹڑے پیو دے دل وچ جوان پتر دی کتنی محبت ہے اگر 70 پیو تے 70 پتر دی محبت کو اکٹھا کرنا ایک محبت بن دی یعقوب تے یوسف دی اگر صاحب کتاب لکھ دے 70 یعقوب تے 70 یوسف دی محبت اکٹھی کرنا مت ایک محبت بن دی ہے اکبر تے حسین دی اللہ جانے تو سمجھ نہیں جو میں کیا کہ گیا جدا یعقوب نے پورا ہی نہ اکبر اپنے پتر کو یوسف کو عطا پتر کو عطا پر چھوٹی جی مشک پانی دی بھر دی اس یوسف کو پانی ملے کھانا کھوے میں چند قدم تے رہندا یعقوب پیچھے بھر پوندا میں بھی بھی چا دیندا تے پتر نے دیکھ لیا دا ایکو جلدی آنا ہے میری ایندے بغیر نہیں ہے ودی ود منیا ود پیو بھج کو ویا ود پتر کو آکھیا ایکو جلدی آنا ہے میری ایندے بغیر نہیں ہے نبدے میں نہ آ یعقوب ذرا کربلا دے 18 سالاں دا جوان پتر ہے بوڑھڑا باپ ہے اد ٹور وانج میری نہیں بھویسی اللہ اکبر اج میں جوان کو ایک جملہ مصائب دا سنانا چاہندا بھروسے اتنا جتنا مقدر تے نصیب وی او غیرت علی قوم چڑھ پے 10ویں دنی تے لٹیاں گئیاں علی دیاں تھیاں اگلا لفظ پہ آدا بتول دے باغ وچ لوٹ پئیے تے شاخاں ٹٹیاں صدقے ہائے میں ادب دے لفظاں کھڑا پڑدا چمن بتول دا لٹ ہے ٹٹیاں نے شاخاں اکبر بابے دے نیڑے ہے تے بابا میں کو مرن دی اجازت دے اے حسین دا ذکر ہے جے اکبر جے پتر تے منہ جو موت دا لفظ سنے ادے میرے نیڑے ہے جدا قریب ہے نہ سجا کپاسا قمیض دا چاک کیتے بل کھبا پاسا قمیض دا چاک کیتے اے منظر ہر کے کو سمجھ نہ سی اے او کو سمجھ اسی جے جواناں دے کفن بن دے بیٹھے ہو سے جے جما اج رکم اللہ اج رکم اللہ مت پاگ پاگ بنن لگے نا آیت پڑھی اس بنا نبل وبنکم بشی من الخوف والجوع ونقص من الاموال والانفق والثمرات وبشر الصابرین اے پیچی ولندا ہے کچھ پاگ بچ گئی ہے کچھ آیت بچ گئی ہے ਇਵੇਂ ਆਖਰੀ ਟੁਕੜਾ ਤਹਤੁਲ ਹੰਨਕ ਵਾਲਾ ਕੇ ਪੜਦਨ ਇਨਾ ਲਿਲਾਹ ਤੋਰ ਮਨ ਅਕਬਰਾ ਮਾਮਾ ਸਿੱਖਦੀਆਂ ਖੜੀਆਂ ਨੇ ਭੈਣਾ ਸਿੱਖਦੀਆਂ ਖੜੀਆਂ ਨੇ ਜਿਹੜੇ ਆਏ ਨਾ ਅਲਮਾ ਅਖਤਰ ਅਬਾਸ ਫਰਮੈਂਦਿਆ ਨੇ ਪਹਿਲਾ ਸ਼ਹੀਦ ਹੈ ਜਿਹਦੇ ਤੁਰਨ ਤੇ ਅਲੀ ਦੀਆਂ ਧੀਆਂ ਨੇ ਪੱਥਰਾਂ ਦਾ ਮਾਤਮ ਕੀਤਾ ਹੈ ਤਦੇ ਕੋਈ ਪੱਥਰ ਦਾ ਜਿਗਰ ਨੇ ਮਾਮਾ ਛੋੜੇ ਨਾ ਭੈਣੀ ਗੱਲ ਲੱਗ ਵੰਜੇ ਨਾ ਭੈਣੀ ਛੋੜੇ ਨਾ ਮਾਮਾ ਗੱਲ ਲੱਗ ਵੰਜੇ ਨਾ ਰੋਂਦੀਆਂ ਅਲੀ ਦੀਆਂ ਧੀਆਂ ਅੱਖ ਖੁੱਲੀਏ ਸੱਜਾ ਦੀ ਅਦਰ ਕਿਉਂ ਪਈਆਂ ਰੋਂਦੀਆਂ ਮੇਰੀਆਂ ਫੂਬੀਆਂ ਫਿਜ਼ਾ ਦੀ ਅੱਖ ਖੋਲ ਨਬੀ ਦੀਆਂ ਸ਼ਕਲਾਂ ਦਾ ਮੌਤ ਦਾ ਟੁਰਾ ਰਹੇ ਨੇ ਉਹ ਜਮਾਨਾ ਸਜਾਦ ਉੱਠੇ ਇੱਕ ਹੱਥ ਬਾਕੇ ਤੇ ਕੰਧੇ ਤੇ ਹੈ ਵੀ ਆਸਾ ਜੇ ਅਦ ਮੈਂ ਕੋਈ ਬਿੱਲਾ ਮੰਨੇ ਆ ਉਹ ਮੇਰਾ ਨਬੀ ਦੀਆਂ ਸ਼ਕਲਾਂ ਦਾ ਸਦਕੇ 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 ਜਿਸ ਵੇਲੇ ਅਕਬਰ ਡਿਠੀ ਨਾ ਸਜਾਦ ਦੀ ਹਾਲਤ ਜਲਦੀ ਦੇ ਨਾਲ ਘੋੜੇ ਤੋਂ ਲੱਥੇ شہادت او جوانا او جوانی دا کوئی فائدہ نہیں جڑی اکبر دی جوانی تے نہیں رہندی جتنی علی اکبر دی شہادت پڑھی جے کوئی جوان رو پوے حسین دعا دے دے کہیں دے ڈھا نکلے حسین دعا دے دے اللہ نہ کرے کہیں کو جوانی دا ناز ہوے نہ تے چپ کر کے بیٹھا رہے بس حسین دی اپنی ڈھا نکل ویندی ہے رو کے آندے تائیں ڈٹھا جو نا تائیں ڈٹھا جو نا میرا اکبر کہنا سونا ہا
ਉਹਨੇ ਪੁੱਛੋ ਮੇਰੇ ਕੋਲ ਸਈਰ ਜ਼ਾਨਾ ਜਿਹੜਾ ਤੂੰ ਫੇਰਾਵਾਂ ਨੇ ਹਿਕਮੇ ਦੀ ਬਈ ਛੋਰੀਆਂ ਨੇ ਫੇਰਾਵਾਂ ਕੋਈ ਗਾਲ ਹੀ ਕੀਤੀ ਹੈ ਪੁੱਛਦਾ ਹੈ ਸਜਾਦ ਅਕਬਰਾ ਇਹਨੀ ਪਾਸ ਕੈ ਪਵਾਇਆ ਅਕਬਰਾ ਦੇ ਮੈਂ ਕੋ ਕਫਨ ਬਾਬੇ ਪਵਾਇਆ ਸਜਾਦ ਦੇ ਆਪਣਾ ਮੈਂ ਕੁਜੇ ਮੈਨਾ ਤੂੰ ਪਾ ਤੋਂ ਸਾਡੇ ਘਰ ਦੀ ਜ਼ੀਨਾ ਤੇ ਮੈਂ ਮੈਦਾਨ ਲੈਂਦਾ ਚੰਦ ਕਦਮ ਅਕਬਰ ਪਿੱਛਾ ਹਟਾਇਆ ਅਗਰ ਨਾ ਹੋਈ ਮੈਨੇ ਕਲੋ ਫੁੱਫੀਆਂ ਦੇ ਨਾਲ ਪਾਸਾ ਸਦਕੇ 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 ਤੈਨੂੰ ਤਾਂ ਰੋਵਣੇ ਅੱਜ ਤੈਨੂੰ ਰੋਵਣੇ ਮੈਂ ਕੋਈ ਯਕੀਨ ਹੈ ਮੈਂ ਲਿਖ ਅੱਜ ਰੋਵੋ ਮਰਨ ਦਾ ਸ਼ਰਤ ਦੁਨੀਆਂ ਦੇ ਗਮ ਵਿੱਚ ਕਦਾਂ ਨਾ ਰੋਵੇ ਚਾਰ ਸਾਲਾਂ ਦੀ ਭੈਣ ਗੁਆ ਲਈਆ ਦੀ ਅਕਬਰਾ ਫੁੱਫੀਆਂ ਦੇ ਕੰਧ ਵੱਜੇ ਹਾਨੀ ਉਹਨਾਂ ਤੇ ਨੀਲਾਂ ਦੀ ਡਾਲੀ ਚੁਮੀ ਏਡੇ ਦੀ ਪਈਆਂ ਵਕਤ ਕੋਈ ਨਹੀਂ ਆ ਮਿੰਨਤ ਕਰ ਰੱਖਾ ਬਾਜੂਬੇ ਮੈਂ ਸ਼ਾਮ ਤੱਕ ਆਦੀ ਵੈਸਾ ਮੈਂ ਅਕਬਰ ਫਿਰਾ ਦੀਆਂ ਤਲੀਆਂ ਦਾ ਬੋਸ ਤੁਰਨ ਲੱਗੇ ਅਕਬਰ ਹੁਸੈਨਾ ਦੇ ਇੱਕ ਵਾਰੀ ਗੱਲ ਨਾ ਲਾਓ ਮੇਰਾ ਜਵਾਨ ਬਜੜਾ ਚੰਦ ਕਦਮਾਂ ਤੱਕ ਅਕਬਰ ਦਾ ਘੋੜਾ ਗਏ ਇੱਕ ਕਾਲੇ ਬੁਰਕੇ ਵਾਲੀ ਬੀਬੀ ਅਗੋਂ ਵੱਲ ਲਈਏ ਅਦੇ ਅਕਬਰਾ ਔਲਾਦ ਹਰ ਕੈ ਕੋ ਪਿਆਰੀ ਆਉਂਦੀ ਏ ਅਕਬਰਾ ਜਵਾਨੀ ਦਵਾਨੀ ਪਿੱਛਾ ਦੇ ਬਚਦਾ ਨਾ ਇੱਕ ਘੁੱਟ ਪਾਣੀ ਦਾ ਲੈ